ਸਜਣੋ ਤੇ ਮਿੱਤਰੋ ਸਿਆਣੇ ਆਖਦੇ ਨੇ ਬੰਦਾ ਕਦੀ ਵੀ ਆਪਣੇ ਮਰਕਜ਼ ਤੋਂ ਦੂਰ ਨਹੀਂ ਜਾਂਦਾ ਦੁਨੀਆਦਾਰੀ ਦਾ ਪੈਂਡਾ ਕਰਦਾ ਉਹ ਭਾਵੇਂ ਕਿਧਰੇ ਵੀ ਟੁਰ ਜਾਏ ਪਰ ਆਪਣੀ ਮਿੱਟੀ ਦੇ ਅਸਰ ਤੋਂ ਦੂਰ ਨਹੀਂ ਜਾ ਸਕਦਾ ਆਪਣੀ ਪਛਾਣ ਬਦਲ ਲਵੇ ਰੰਗ ਰੂਪ ਸਰੂਪ ਸਭ ਕੁਝ ਵਖਰਾ ਕਰ ਲਵੇ ਪਰ ਉਹਦੇ ਅੰਦਰ ਦਿਲ ਦਾ ਕੋਈ ਨਾ ਕੋਈ ਕੋਨਾ ਨੁੱਕਰ ਅਜੇ ਹੀ ਜ਼ੋਰ ਹੁੰਦੀ ਹੈ ਜਿੱਥੇ ਉਹਦੀ ਅਸਲ ਮਰੰਤ ਤੱਕ ਜਿੰਦਾ ਰਹਿੰਦੀ ਹੈ ਬੰਦੇ ਨੂੰ ਉਹਦੀ ਮਿੱਟੀ ਆਪਣੇ ਵੱਲ ਖਿੱਚਦੀ ਜ਼ਰੂਰ ਹੈ ਭਾਵੇਂ ਆਇਆਤੀ ਦੇ ਕਿਸੇ ਮੋਰ ਤੋਂ ਕਿਤੇ ਇਹ ਵਕਰੀ ਗੱਲ ਏ ਕਿ ਦੁਨੀਆਂ ਦੀ ਇਸ ਪੇੜ ਅੰਦਰ ਬੰਦਾ ਇੰਨਾ ਗੁਆਚ ਜਾਏ ਕਿ ਉਹ ਨੂੰ ਆਪਣੇ ਹੋਣ ਤੇ ਨਾ ਹੋਣ ਦਾ ਅਹਿਸਾਸ ਹੀ ਨਾ ਰਵੇ ਪਰ ਜਦ ਵੀ ਉਹ ਨੂੰ ਫਰਸਤ ਮਿਲੇਗੀ ਉਹ ਇਕੱਲਾ ਆਪਣੇ ਅੰਦਰ ਨੂੰ ਫਰੋਲੇਗਾ ਤੇ ਉਹ ਨੂੰ ਆਪਣੀ ਗੁਆਚੀ ਅਸਲ ਜ਼ਰੂਰ ਲੱਭੇਗੀ ਉਹਦਾ ਗੁਆਚਿਆ ਹੋਇਆ ਹਮਜ਼ਾਦ ਆਪਣੀ ਅਸਲ ਵੱਲ ਜ਼ੂਰ ਲੈ ਕੇ ਜਾਵੇਗਾ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਇਸ ਹਕੀਕਤ ਤੋਂ ਵਾਕਿਫ ਹੋਣਗੇ ਤੇ ਬਹੁਤ ਸਾਰਿਆਂ ਤੇ ਪਰਤ ਕੇ ਅਸਲ ਵੱਲ ਵੀ ਸਫ਼ਰ ਕੀਤਾ ਹੋਇਆਗਾ ਗੁਆਚੇ ਵੇਲੇ ਦਾ ਖੁਦੂ ਜ਼ਰੂਰ ਫਰੋਲਾ ਹੋਵੇਗਾ ਬੀਤੇ ਵੇਲੇ ਵਾਲ ਪਰਤ ਕੇ ਸਫਰ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਹੋਗੀ ਮੈਂ ਜੇਕਰ ਆਖਾਂ ਕਿ ਆਪਣੇ ਹਮਜ਼ਾਦ ਨਾਲ ਆਪਣੀ ਅਸਲ ਹਕੀਕਤ ਯਾਨੀ ਆਪਣੇ ਪਛੋਕੜ ਵੱਲ ਯਾਦਾਂ ਨਾਲ ਸਫਰ ਕਰਨਾ ਦੁਨੀਆ ਦਾ ਸਭ ਤੋਂ ਵੱਡਾ ਰੁਮਾਂਸ ਹੈ ਤੇ ਸ਼ਾਇਦ ਹਰ ਗਿਜ਼ ਗਲਤੀ ਨਹੀਂ ਹੋਏਗਾ ਤੁਸੀਂ ਜੇਕਰ ਆਪਣੀ ਮਿੱਟੀ ਤੋਂ ਦੂਰ ਹੋ ਬੇਗਾਨੇ ਦੇਸ਼ ਵਿੱਚ ਕਾਮਯਾਬ ਜ਼ਿੰਦਗੀ گزار ਰਹੇ ਹੋ ਤੁਹਾਡੇ ਬਾਲ ਬੱਚੇ ਚੰਗੀ ਤਾਲੀਮ ਹਾਸਲ ਕਰ ਰਹੇ ਨੇ ਜਾਂ ਫਿਰ ਚੰਗੇ ਕਾਰੋਬਾਰ ਰਹੀਂ ਸੋਖੇ ਦਿਨ گزار ਰਹੇ ਹੋ ਇਹ ਸਭ ਨਿਮਤਾਂ ਹੋਣ ਦੇ ਬਾਵਜੂਦ ਤਾਨੂੰ ਇੱਕ ਅਜਬ ਜੀ ਕਮੀ ਦਾ ਅਹਿਸਾਸ ਜ਼ਰੂਰ ਹੋਏਗਾ ਇਹ ਕਮੀ ਦੁਨੀਆਂ ਦੀਆਂ ਸਾਰੀਆਂ ਨੇਮਤਾਂ ਹਲਕੇ ਵੀ ਪੂਰੀ ਨਹੀਂ ਕਰ ਸਕਦੀਆਂ ਸੀਨਾ ਉਦੋਂ ਹੀ ਠਰਦਾ ਹੈ ਜਦ ਤੁਸੀਂ ਆਪਣੇ ਮਰਕਜ਼ ਆਪਣੀ ਮਿੱਟੀ ਤੇ ਰੇਤਲਵਲ ਮੁੜਦੇ ਹੋ ਦੁਨੀਆਂ ਜਹਾਨ ਦੀਆਂ ਸੱਸ਼ਣ ਛੱਡ ਕੇ ਜਦ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਆਉਂਦੇ ਹੋ ਤੇ ਉਮਰਾਂ ਦੇ ਪਿੰਡੇ ਸੁੰਘੜ ਕੇ ਵੇਹ ਨੂੰ ਪਿੱਛੇ ਛੱਡ ਕੇ ਤੁਹਾਡੇ ਮਾਜ਼ੀ ਨੂੰ ਹਾਰ ਨਾਲ ਹਮਾਂਗ ਕਰ ਦਿੰਦੇ ਨੇ ਉਸ ਵੇਲੇ ਜੋ ਸਕੂਨ ਮਿਲਦਾ ਹੈ ਉਹ ਨਾ ਤੇ ਲਫ਼ਜ਼ਾਂ ਵਿੱਚ ਬਿਆਨ ਕੀਤਾ ਜਾ ਸਕਦਾ ਹੈ ਤੇ ਨਾ ਹੀ ਇਸ ਅਸਾਜ ਦੀ شدت ਤੁਹਾਡੇ ਤੋਂ ਵਕ ਕੋਈ ਦੂਜਾ ਮਹਿਸੂਸ ਕਰ ਸਕਦਾ ਹੈ ਮੇਰੀ ਜੰਪਲ ਵਜ਼ੀరాబాద్ ਦੇ ਪਿੰਡ ਅਹਿਮਦਨਗਰ ਚੱਠਾ ਦੀ ਇਹ ਉਹ ਪਿੰਡ ਹੈ ਜਿੱਦੀ ਮਿੱਟੀ ਨੇ ਹਫੀਜ਼ ਤਾਇਬ ਹੋ ਰਾਜਾ ਸੱਚਾ ਅਸ਼ਕਰ ਸੂਲ ਪੈਦਾ ਕੀਤਾ ਮੇਰੇ ਵਾਲਦੇ ਮੁਹਤਰਮ ਸੂਫੀ ਗੁਲਾਮ ਮਹੰਦ ਬਾਟੋਰੀ ਇੱਕ ਵੱਡੇ ਸੋਬੇ ਨਾਲ ਵਸਤਾ ਸਨ ਆਮ ਤੌਰ ਤੇ ਇਸ ਸੋਬੇ ਦੇ ਲੋਕ ਧੀਮੇ ਤੇ ਠੰਡੇ ਮਜ਼ਾਜ ਦੇ ਹੁੰਦੇ ਨੇ ਪਰ ਅੱਬਾ ਸੀ ਅਜਿਹੇ ਨਹੀਂ ਸਨ ਉਹਨਾਂ ਹਮੇਸ਼ਾ ਬਾਦਲਦਾਰਾ ਡੱਕਿਆ ਤੇ ਜ਼ਾਲਮ ਦੇ ਸਾਹਮਣੇ ਗੱਜ-ਬੱਜ ਕੇ ਖਲੋਤੇ ਇਸ ਦੇ ਬਾਵਜੂਦ ਕਿ ਮੈਂ ਉਹਨਾਂ ਦਾ ਇਕੱਲਾ ਪੁੱਤਰ ਸੀ ਤੇ ਅਕਰੋਤੀ ਦੀ ਨਾਂ ਔਲਾਦ ਬੰਦੇ ਨੂੰ ਅਕਸਰ ਬੁਝਦਿਲ ਜਾਂ ਮਸਲਤਪਸੰਦ ਬਣਾ ਦਿੰਦੀ ਹੈ ਪਰ ਅੱਬਾ ਜੀ ਨੇ ਮੇਰੇ ਤੋਂ ਵੱਧ ਆਪਣੇ ਸੂਰਾਂ ਨਾਲ ਪਿਆਰ ਕੀਤਾ ਤੇ ਉਹਨਾਂ ਸੱਚ ਦਾ ਝੰਡਾ ਚੁੱਕੜ ਵਿੱਚ ਕਦੀ ਕੋਈ ਸਮਝੌਤਾ ਨਹੀਂ ਕੀਤਾ ਮੈਨੂੰ ਉਹਨਾਂ ਤੋਂ ਕੁਝ ਵੀ ਨਾ ਮਿਲਿਆ ਹੁੰਦਾ ਤੇ ਮੇਰੇ ਲਈ ਇਹ ਮਾਂ ਨਹੀਂ ਬਥੇਰਾ ਸੀ ਕਿ ਮੈਂ ਸੂਫੀ ਗੁਲਾਮ ਬਾੜ ਦਾ ਪੁੱਤਰ ਹਾਂ ਜਿਹੜੇ ਇਕੱਲੇ ਹੀ ਜ਼ਾਰਮਦਾਰਾ ਡਾਕਟਰ ਹੋਦੇ ਸਨ ਉਹ ਖਿਸੋਕੇ ਹਰ ਵੇਲੇ ਹਮੇਸ਼ਾ ਡਟ ਕੇ ਰਹਿ ਦੇ ਆਪਣੇ ਅਸੂਲਾਂ ਨੂੰ ਇਮਾਨੀ ਤਕਾਜ਼ਾ ਸਮਝ ਕੇ ਨਿਭਾਇਆ ਉਹਨਾਂ ਦੇ ਇਸ ਮਜਾਜ ਨੇ ਮੈਨੂੰ ਵੀ ਤਰੀਕ ਦਿੱਤੀ ਤੇ ਮੈਂ ਆਪਣੀ ਜਵਾਨੀ طبقاتੀ تفریق جری رویਿਆਂ ਦੇ ਖਿਲਾਫ ਲੜ ਜਾਈ ਗੁਜ਼ਾਰ ਛੜੀ ਜਿਸ ਦੇ ਨਤੀਜੇ ਵਿੱਚ ਦਰਜਨਾਂ ਝੂਠੇ ਤੇ ਸੱਚੇ ਮੁਕੱਦਮੇ ਵੀ ਹੋਏ ਤੇ ਜੇਲਾਂ ਦੀ ਯਾਤਰਾ ਵੀ ਕੀਤੀ ਪਰ ਸੱਚ ਦੇ ਇਸ ਪਾਬੰਦ ਨੇ ਜਿੱਥੇ ਮੈਨੂੰ ਕੁੰਦਮ ਰਾ ਦਿੱਤਾ ਉੱਥੇ ਅਜਿਹੇ ਸੱਜਣ ਵੀ ਦਿੱਤੇ ਜਿਹੜੇ ਕੁੰਦਨ ਤੋਂ ਵੀ ਅਗਾਹ ਦੀ ਸ਼ਾਇਰ ਨੇ ਜ਼ਿੰਦਗੀ ਮੌਤ ਦੀ ਪ੍ਰਵਾਹੀ ਤੋਂ ਬਗੈਰ ਮੈਨਾਂ ਡਟ ਕੇ ਖੜੋਤੇ ਯਾਰਾਂ ਤੋਂ ਵੱਧ ਭਰਾ ਹੋਂਦਾ ਅੱਕਦਾ ਕੀਤਾ ਇਹ ਸੱਜਣ ਮੇਰੇ ਖਲੋਤੇ ਕੱਲਾ ਹੋਣ ਦਾ ਉਹ ਡੰਗ ਜਿਹੜਾ ਹਰ ਵੇਲੇ ਸੋਚਾਂ ਅੰਦਰ ਦਰਦ ਦਾ ਜ਼ਹਿਰ ਭਰ ਸਕਦਾ ਸੀ ਉਹ ਡੰਗ ਅਜਾਤ ਵੀ ਚੂਪ ਕੇ ਨਿਕਲ ਗਿਆ ਇਹ ਸਨਸੀ ਤੋਂ ਬਾਅਦ ਦੀ ਗੱਲ ਹੋਵੇਗੀ ਜਦ ਮੈਂ ਤੇ ਮੇਰੇ ਬੇਲੀ ਜਿਨ੍ਹਾਂ ਵਿੱਚ ਤਾਰਕ ਸੁਲਟਿੱਲੂ ਸੈਦ ਅਸਾਨੁਲਾ ਮਲਕ ਇਮਤੀਆਜ਼ احمد ਇਜਾਜ਼ ਹੁਸੈਨ ਆਜਜ਼ ਨਾਸਰ ਬੁੱਲ ਭਟ ਸਾਜਦ ਖਿਲਜੀ ਚਾਚਾ ਜੀ ਸਨਾਉਲਾ ਚੀਮਾ ਜ਼ਫਰ ਇਕਬਾਲ ਸੈਕਟਰੀ ਦਿਸ਼ਮਾਰ ਨਾਂ ਵੀ ਉਹਨਾਂ ਵਿੱਚ ਸ਼ਾਮਲ ਨੇ ਅਸਾਂ ਵਜ਼ੀరాబాద్ ਦੇ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਰਾਹੀਂ ਨਸ਼ੇ ਸਣੇ ਦੂਜੀਆਂ ਬੁਰਾਈਆਂ ਤੋਂ ਦੂਰ ਰੱਖਣ ਦਾ ਫੈਸਲਾ ਕੀਤਾ ਅਸਾਂ ਦਿਨ ਰਾਤ ਦੀ ਮਿਹਨਤ ਨਾਲ ਆਪਣੇ ਪਿੰਡ ਅਹਿਮਦਨਗਰ ਨੂੰ ਇਲਾਕੇ ਦੀਆਂ ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ ਦਾ ਅਜਾ ਮਰਕਜ਼ ਬਣਾਇਆ ਜਿਹੜਾ ਪੂਰੇ ਜ਼ਿਲ੍ਹੇ ਦੀ ਪਛਾਣ ਬਣ ਗਿਆ ਕਬੱਡੀ ਕ੍ਰਿਕਟ ਵਾਲੀਵਾਲ ਨੇਜ਼ਾਬਾਦੀ ਸਣੇ ਕਿਹੜੀ ਖੇਡ ਸੀ ਜਿਹਦਾ ਮੈਦਾਨ ਨਹੀਂ ਸਜਦਾ ਪੂਰੇ ਮੁਲਕ ਤੋਂ ਜਾਕਤੋ ਮੈਂ ਖਿਡਾਰੀ ਅਮਨਗਰ ਦਾ ਰੋਖ ਕਰਦੇ ਇਰਾਕੇ ਦੇ ਨੌਜਵਾਨਾਂ ਨੂੰ ਮੈਦਾਨ-ਏ-ਅਬਾਦ ਕਰਨ ਦੀ ਤਰੀਕ ਦਿੰਦੇ ਦਿਨੇ ਖੇਡਾਂ ਹੁੰਦੀਆਂ ਤੇ ਰਾਤੀ ਮਸ਼ਹਰੇ ਤੇ ਮusiqi ਦੀ ਮਹਿਫਲ 우ਸਤਾਦ ਅਮਾਨਤ ਲਖਾਂ ਫਤਿਹ ਲਖਾਂ ਹਾਮਦ ਲਖਾਂ ਤੇ ਅਸਦ ਬਾਂਤ ਲਖਾਂ ਜੇ ਫਨਕਾਰਾਂ ਦੇ ਪੱਕੇ ਰਾਖ ਸੁਣਦੇ ਤੇ ਫੋਗ ਮusiqi ਦਾ ਚਸ ਲੈਂਦੇ ਕਿਹੜਾ ਵੱਡਾ ਫਨਕਾਰ ਸੀ ਜਿਹੜਾ ਸਾਡੇ ਅਮਨਗਰ ਨਹੀਂ ਆਇਆ ਸਾਰੇ ਆਉਂਦੇ ਤੇ ਮੇਲੇ ਸ ਜਾਂਦੇ ਮੇਰੇ ਮਿੱਤਰਾਂ ਇਹ ਸ਼ਹਿਰ ਨੂੰ ਜ਼ਿੰਦਾ ਰਹਿਤ ਨਗਰ ਬਣਾ ਦਿੱਤਾ ਵਾਖਦੇ ਨਾ ਕਿ ਵਿਰਾਸਾ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਸਾਡੀਆਂ ਸਾਂਝਾਂ ਜਿਹੜੀਆਂ ਕਿਸੇ ਕੋਲੋਂ ਖੋਟੀਆਂ ਨਾ ਕੀਤੀਆਂ ਗਈਆਂ ਉਹਨਾਂ ਨੂੰ ਵਿਰੇ ਦੀ ਨਜ਼ਰ ਲੱਗ ਗਈ ਅਸੀਂ ਸਾਰੇ ਸੱਜਣ ਰਿਜਕ ਰੋਟੀ ਲੱਭਣ ਆਪਣੇ ਮਰਕਰਸ ਤੋਂ ਦੂਰ ਹੁੰਦੇ ਗਏ ਤਾਰਕ ਰਸੂਲ ਤਾਰਕ ਕੈਨੇਡਾ ਜਾ ਵਸਿਆ ਇਜਾਜ਼ ਆਜਜ਼ ਦੁਬਈ ਚਲਾ ਗਿਆ ਮਲਕ ਇਮਤੀਆਜ਼ ਮਲਤਾਨ ਟਰ ਗਿਆ ਸੇਠ ਸਾਨੂੰラ ਵੀ ਦੁਬਈ ਟਰ ਗਿਆ ਤੇ ਮੈਂ ਵੀ ਆਪਣੇ ਆਮਨਗਰ ਨੂੰ ਦਿਲ ਵਿੱਚ ਵਸਾ ਕੇ ਲਾਹੌਰ ਆ ਗਿਆ ਤੇ ਤਰਕਨਾ ਉੱਥੇ ਸੱਡ ਆਇਆ ਇੱਥੇ ਆ ਕੇ ਨਵੇਂ ਸਿਰੇ ਤੋਂ ਆਇਆਤੀ ਉਹ ਸਾਰੇ ਜਿਹੜੀ ਸਿੱਖਿਆ ਅੱਬਾ ਜੀ ਤੋਂ ਲੈ ਕੇ ਟੁਰਿਆ ਸਾਂ ਉਹ ਉੱਥੇ ਬਹੁਤ ਕੰਮ ਆਈ ਮੁਨੀਰ ਜੀ ਅਜਿਹਾ ਯਾਦ ਦੇ ਸੰ ਕਿ ਲਾਹੌਰ ਕਿਸੇ ਆਰੇ ਗਾਰੇ ਨੂੰ ਨਹੀਂ ਮੰਨਦਾ ਤੇ ਜੇ ਕੋਈ ਇਹਦਾ ਦਿਲ ਜਿੱਤ ਲਵੇ ਤੇ ਫਿਰ ਇਹ ਸ਼ਹਿਰ ਉਹਨੂੰ ਆਪਣੇ ਦਿਲ ਵਿੱਚ ਵਸਾ ਲੈਂਦਾ ਤੇ ਮਹਿਬੂਬ ਵਾਂਗੂ ਪਿਆਰ ਕਰਦਾ ਮੈਂ ਲਾਹੌਰ ਆਇਆ ਤੇ ਬੜਾ ਔਖਾ ਵੇਲਾ ਸੀ ਇੱਥੇ ਡਾਕਟਰ ਯੂਸਫਰਾ ਮੇਰੇ ਮੋਢੇ ਨਾਲ ਮੋਢਾ ਲਾਇਆ ਮੇਰੇ ਜਿਹੇ ਬੰਦਾ ਜਿਹਦੇ ਜੀਨs ਇੱਚੀ ਜ਼ਾਲਮ ਨੂੰ ਲਲਕਾਰ ਨਾ ਹੋਵੇ ਉਹਦੀ ਲਹਿਕਾਰ ਵੱਡੇ ਜਾਂ ਛੋਟੇ ਸ਼ਾਇਦੀ ਤਫਰੀਕ ਵਿੱਚ ਕਿੱਥੇ ਪੈਂਦੀ ਹੈ ਮੈਂ ਇਥੋਂ ਦੇ ਮਗਰਮਚਾਰ ਨੂੰ ਛੇੜਿਆ ਲੜਾਈਆਂ ਲਗੀਆਂ ਫਿਰ ਇੱਕ ਵਾਰੀ ਪਰਚੇ ਚੱਲੇ ਤੇ ਅਦਾਲਤਾਂ ਵੇਖੀਆਂ ਮੈਂ ਜਿਨ੍ਹਾਂ ਲੋਕਾਂ ਨਾਲ ਲੜਿਆ ਉਹ ਕੁਝ ਚੰਗੇ ਜਾਂ ਨੇਕ ਨਾਮ ਨਹੀਂ ਸਨ ਸਿਸਟਮ ਉਹਨਾਂ ਦੇ ਤਾਬੇ ਅਫਸਰ ਸ਼ਹੀਦ ਉਲੀ ਵਫادار ਤੇ ਤਗੜੇ ਬਦਮਾਸ਼ ਉਹਨਾਂ ਦੇ ਬਾ ਮਬੀਲੀ ਸਨ ਮੈਂ ਫਿਰ ਵੀ ਨਿਖਰਾਇਆ ਮੇਰਾ ਦਿਲ ਹਮੇਸ਼ਾ ਹੌਸਲਾ ਮੰਦ ਰਿਹਾ ਕਿ ਮੈਂ ਜ਼ਾਲਮਾਂ ਨਾਲ ਡਾ ਲਾਇਆ ਰੱਬ تعالی ਮੈਨੂੰ ਹਾਰ ਨਹੀਂ ਦੇਵੇਗਾ ਫਿਰ ਉਸ ਪਰਵਰਤਗਾਰ ਨੇ ਮੇਰਾ ਮਾਨ ਰੱਖਿਆ ਤੇ ਮੈਨੂੰ ਨਾਤਾ ਬਜ਼ਾਹਰ ਕਮਜ਼ੋਰ ਤੇ ਕੱਲਾ ਹੁੰਦੇ باوجود ਨੀਵਾ ਨਹੀਂ ਪੈਣ ਦਿੱਤਾ ਹੁਣ ਲਾਹੌਰ ਮੈਨੂੰ ਜਾਣਦਾ ਹੈ ਤੇ ਮੈਂ ਲਾਹੌਰ ਨੂੰ ਇਸ ਸ਼ਹਿਰ ਨਾਲ ਮੈਨੂੰ ਬੜੀ ਮੁਹੱਬਤ ਹੈ ਇਸ ਤੋਂ ਵੱਧ ਮੁਹੱਬਤ ਕੀ ਹੋ ਸਕਦੀ ਹੈ ਕਿ ਮੈਂ ਇਸ ਸ਼ਹਿਰ ਦੀ ਮਿੱਟੀ ਦੇ ਸਹੁਰ ਆਪਣੀ ਸਭ ਤੋਂ ਕੀਮਤੀ ਸ਼ਾਇ ਆਪਣੀ ਜੰਨਤ ਆਪਣੀ ਮਾਂ ਕਰ ਦਿੱਤੀ ਮੇਰੀ ਮਾਂ ਇਸ ਸ਼ਹਿਰ ਦੀ ਮਿੱਟੀ ਵਿੱਚ ਅਸੂਦਾ ਖਾ ਕੇ ਇਸ ਸ਼ਹਿਰ ਨੇ ਮੈਨੂੰ ਜਿੰਨਾ ਅਜ਼ਮਾਇਆ ਉਸ ਤੋਂ ਵੱਧ ਨਵਾਜ਼ਿਆ ਪਰ ਸੱਜਣੋ ਸੱਚੀ ਗੱਲ ਤੇ ਹੈ ਕਿ ਜੋਸ਼ ਅਹਿਮਦਨਗਰ ਚੱਠਣ ਨਾਲੇ ਲਾਹੌਰ ਸ਼ਹਿਰ ਦੇ ਇਸ਼ਾਨਾਂ ਤੇ ਮਬੱਤਾ ਨੇ ਵੀ ਉਹਦਾ ਰੰਗ ਫਿੱਕਾ ਨਹੀਂ ਪੈਣ ਦਿੱਤਾ ਅੱਜ ਵੀ ਦਿਲ ਦੀਆਂ ਧੜਕਣਾ ਉੱਥੇ ਹੀ ਨੇ ਤੇ ਜਿਹੜਾ ਦਿਲ ਮੈਂ ਆਪਣੇ ਨਾਲ ਲੈ ਕੇ ਆਇਆ ਸਾਂ ਉਹਦੇ ਅੰਦਰ ਜਿਵੇਂ ਕੱਲ ਅਹਿਮਦਨਗਰ ਆਬਾਦ ਸੀ ਉਹ ਅੱਜ ਵੀ ਜਿਉਂਦਾ ਵੱਸਦਾ ਏ ਇਸ ਪਿੰਡ ਦੀਆਂ ਗਲੀਆਂ ਚੌਕ ਚੁਰਾਹੇ ਤੇ ਰੁੱਖਾਂ ਦੀਆਂ ਠੰਡੀਆਂ ਛਾਵਾਂ ਕਦੀ ਨਹੀਂ ਭੁੱਲੀਆਂ ਭੁੱਲ ਵੀ ਕਿਵੇਂ ਸਕਦੀਆਂ ਐ ਅਹਿਮਦਨਗਰ ਕੋਈ ਭੁੱਲਣ ਵਾਲੀ ਸ਼ੈਅ ਏ ਪਿਛਲੇ ਦਿਨੀਂ ਅੱਬਾ ਜੀ ਦੇ ਬਰਖੁਰਦਾਰ ਤੇ شاਗਿਰਦ ਹਫੀਜ਼ullah ਮਨਾਸ ਨੇ ਤੇ ਉਹ ਸੰਗੀਆਂ ਨੇ ਅੱਬਾ ਜੀ ਦੀ ਬਰਸੀ ਦਾ ਕੱਟ ਰੱਖਿਆ ਸੀ ਤੇ ਮੈਨੂੰ ਵੀ ਆਉਣ ਦਾ ਸਦਾ ਦਿੱਤਾ ਮੈਂ ਆਪਣੇ ਦੋਸਤਾਂ ਤੇ ਬਰਖੁਰਦਾਰਾਂ ਨਾਲ ਲੋਹਰੋ ਟੁਰਿਆ ਤੇ ਬਿਲਕੁਲ ਜਜ਼ਬਾਤੀ ਨਹੀਂ ਸੀ ਪਰ ਜਦ ਅਹਿਮ ਨਗਰ ਦੀ ਜੂ ਵਿੱਚ ਵੜਿਆ ਤਿੰਜ ਲੱਗਾ ਕਿ ਜਿਵੇਂ ਸੜਕ ਕਿਨਾਰੇ ਖਲੋਤਾ ਹਰ ਰੁੱਖ ਹਰ ਬੂਟਾ ਮੈਨੂੰ ਜੀ ਆਇਆਂ ਵਾਖਦਿਆ ਪੁੱਛਿਆ ਇਹ ਕਿਵੇਂ ਮੈਂ ਜਵਾਨਾ ਕੀ ਗੱਲ ਹੈ ਪਿੰਡ ਨਾਲ ਮੁਹੱਬਤ ਫਿੱਕੀ ਪੈ ਗਈ ਹੈ ਅੱਜ ਇਨੇ ਦਿਨਾਂ ਬਾਅਦ ਉਹ ਫੇਰਾ ਪਾਇਆ ਮੈਂ ਆਪਣੇ ਰੁੱਖਾਂ ਦੀ ਚੁੱਪ ਦੀ ਬੋਲੀ ਸੁਣ ਕੇ ਚੁੱਪ ਵੱੱਟੀ ਬੈਠਾ ਸਾਂ ਤੇ ਮੇਰੀਆਂ ਅੱਖਾਂ ਦੇ ਨਮੀ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ ਇਸ ਸ਼ਹਿਰ ਦੇ ਇੱਕ ਇੱਕ ਜ਼ਰੇ ਵਿੱਚ ਅੱਜ ਵੀ ਬੀਤੇ ਸਮੇਂ ਦੇ ਇੱਕ ਇੱਕ ਪਲ ਦੀ ਖੁਸ਼ਬੂ ਸੀ ਵੇਲਾ ਲੰਘਿਆ ਕੱਚੀਆਂ ਸੜਕਾਂ ਪੱਕੀਆਂ ਜ਼ੂਰ ਹੋਈਆਂ ਖੇਤਾਂ ਖੇਲਿਆਣਾਂ ਦੀ ਥਾਂਵੇਂ ਕੰਕਰੀਟ ਦੀ ਇੱਕ ਨਵੀਂ ਦੁਨੀਆ ਆਬਾਦ ਹੋ ਗਈ ਪਰ ਮਹੱਤਤਾ ਦੀ ਖੁਸ਼ਬੂ ਮੱਠੀ ਨਹੀਂ ਪਈ ਹਫੀਜ਼ੁੱਲਾ ਮਨਾਸਰਾ ਤੇ ਉਹਨਾਂ ਦੇ ਸੰਗੀਆਂ ਨੇ ਮਦਦੂਦ ਵਸਾਇਲ ਦੇ ਬਾਵਜੂਦ ਬਹੁਤ ਸ਼ਾਨਦਾਰ ਦੇ ਪੁਰਵਕਾਰ ਤਕਰੀਬ ਮੁਕਤ ਕੀਤੀ ਐਮਨਦਰ ਚੱਠਾ ਦੇ ਵਸਨੀਕਾਂ ਅੱਬਾ ਜੀ ਦੀ ਮੁਹੱਬਤ ਨੂੰ ਮੁਹੱਬਤ ਨਾਲ ਤੋਲ ਕੇ ਸਾਬਤ ਕੀਤਾ ਕਿ ਇਸ ਮਿੱਟੀ ਦੇ ਲੋਕ ਕੋਈ ਕਰਜ਼ਾ ਆਪਣੇ ਸਿਰ ਉੱਤੇ ਰਹਿਣ ਨਹੀਂ ਦਿੰਦੇ ਇਥੋਂ ਫਾਰਗ ਹੋਏ ਪਰ ਚੌਰੀ ਟਾਰਕਸ ਉੱਤੇ ਲ ਆਪਣੇ ਨਾਲ ਲੈ ਤੁਰਿਆ ਉਸ ਨਾ ਨ ਕਰਦਿਆਂ ਮੇਰੀ ਤੇ ਮੇਰੇ ਮਿੱਤਰਾਂ ਦੀ ਡੇਰੇ ਸੇਵਾ ਕੀਤੀ ਇਥੋਂ ਸਾਨੂੰ ਮਿੱਤਰਾਂ ਸਣੇ ਸੇਠ আহসানullah ਅਗਵਾ ਕਰਕੇ ਆਪਣੇ ਡੇਰੇ ਤੇ ਲੈ ਗਿਆ ਉਹਨਾਂ ਸਾਡੀ ਬਸ ਇੱਕ ਹੀ ਗੱਲ ਮੰਨੀ ਚਾਤੋ ਲਾਵਾ ਕੁਝ ਨਹੀਂ ਹੋਏਗਾ ਪਰ ਜਦ ਅਸੀਂ ਦਸਤਰਖਾਨ ਉੱਤੇ ਬੈਠੇ ਤਿੰਜ ਲਗਾ ਜਿਵੇਂ ਇਸ ਮਲਵਾਨੇ ਨੇ ਫਰਿਸ਼ਤਿਆਂ ਨਾਲ ਮੁਕ ਮੁਕਾ ਕਰਕੇ ਬਚਤਾਂ ਦੇ ਵਰਚੀ ਖਾਨੇ ਨੂੰ ਸੱਲ ਲਈ ਹੋਈ ਹੈ ਉਹ ਕਿਹੜੀ ਸ਼ੈ ਸੀ ਜਿਹੜੀ ਸਾਡੇ ਸਾਹਮਣੇ ਮੌਜੂਦ ਨਹੀਂ ਸੀ ਸਭ ਤੋਂ ਵੱਡੀ ਤੇ ਕੀਮਤੀ ਸ਼ੈ ਉਹਨਾਂ ਸੱਜਣਾ ਦੀ ਸੰਗਤ ਸੀ ਜਿਹੜੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਮੇਰੇ ਨਾਲ ਹੱਸੇ ਖੇਡੇ ਔਖੇ ਸੌਕੇ ਵੇਲੇ ਮੋੜਨਾ ਮੋੜਾ ਲੱਕ ਰੋਤੇ ਅਸੀਂ ਪੁਰਾਣੀਆਂ ਯਾਦਾਂ ਵਿੱਚ ਗਵਾਚੇ ਉਹਨਾਂ ਸੱਜਣਾ ਨੂੰ ਯਾਦ ਕਰਦੇ ਰਹਿ ਜਿਹੜੇ ਅੱਜ ਸਾਡੇ ਨਾਲ ਨਹੀਂ ਸਨ ਦਿਲ ਕਰਦਾ ਸੀ ਇਹ ਮਹਿਫਲ ਕਦੀ ਨਾ ਮੁਕੇ ਇੰਜ ਜਿਵੇਂ ਬੈਠੇ ਦਿਲ ਦੀਆਂ ਗੱਲਾਂ ਕਰਦੇ ਰਹੀਏ ਦੁੱਖ ਸੁੱਖ ਫਰੋਲੀਏ ਤੇ ਵੇਲੇ ਨੂੰ ਬੰਨ ਕੇ ਇੱਕ ਪਾਸੇ ਬਾ ਦੇ ਜੇ ਪਰ ਕੁਝ ਇਖਤਿਆਰ ਰੱਬ ਨੇ ਬੰਦਿਆਂ ਨੂੰ ਦਿੱਤੇ ਹੁੰਦੇ ਸੋ ਨਾ ਚਾਹਦੇ ਹੋ ਐਵੇਂ ਇਜਾਜ਼ਤ ਲੈਣੀ ਪਈ ਇੰਜ ਲੱਗਾ ਜਿਵੇਂ ਇੱਕ ਵਾਰੀ ਫੇਰ ਇਜਾਜ਼ਤ ਕਰਕੇ ਜਾ ਰਹੇ ਹਾਂ ਐਵੇਂ ਲੱਗਾ ਜਿਵੇਂ ਪਤਾ ਨਹੀਂ ਫੇਰ ਮੁੜ ਕੇ ਆਉਣਾ ਵੀ ਹੈ ਕਿ ਨਹੀਂ मैं एक बार फिर अपन तड़कना अहमदनगर छड़ के खाली दिल लैके लौट रू तुर पाया जड़ा मेरा मौसम है पर मेरी पहली मुहब्बत नहीं इजाज़त दियो रब रखा